ਤੁਸੀਂ ਕਿ ਸਵੇਰੇ ਸਵੇਰੇ ਕੁੱਤੀ ਚੀਕਾ ਪਾਏ ਯਾਰ, ਕੋਈ ਨਵਾਂ ਤਮਾਸ਼ਾ ਦਿਖਾਓ ਯਾਰ। ਨਵਾਂ ਤਮਾਸ਼ਾ ਦਿਖਾਉਣ ਨੂੰ ਹੁਣ ਮੈਂ ਸੱਪ ਨਿਓਲੇ ਦੀ ਲੜਾਈ ਦਿਖਾ ਦਵਾਂ। ਪਾਪਾ ਜੀ ਕਰੋੜਪਤੀ ਨਾ ਸਹੀ, ਘੱਟੋ ਘੱਟ ਅਰਬਪਤੀ ਤਾਂ ਬਣਾ ਹੀ ਦਿਓ। 150 ਏਕੜ ਵਿੱਚ ਕਾਟਨ ਦੇ ਫਾਰਮ ਹੈ ਸਾਡੇ, ਤੇ ਤੁਹਾਡੇ ਵਰਗਿਆਂ ਨੂੰ ਅਸੀਂ ਆਪਣੇ ਫਾਰਮ ਤੇ ਨਾ ਸੀਰੀ ਵੀ ਨਹੀਂ ਰੱਖਦੀਆਂ। ਮੈਡਮ ਤੁਹਾਡੇ ਕੁਝ ਲੱਗਦੇ ਆ? ਮੈਂ ਜਦ ਬ੍ਰੇਕ ਮਾਰਦਾ ਸੀ ਨਾ ਮਾੜੇ ਮਾੜੇ ਨਾਲ ਲੱਗਦੇ। तेरी कमजोरी तेरे लाडले मुंडे, ते मेरी कमजोरी मेरी मखणी। मैं हवा दा चोका हूं, तू मेनू महसूस कर सकदा है पर छू नहीं सकदा। के हवावां जदों सावां च घुल के इक मिक हुंदियां ना, फिर पता नहीं लगदा साह केड़े ते हवा केड़े। तुसीं इक किला जमीन बेचण दी गल करदे हो, मैं साले ओह इक इंच नहीं बेचणी। ਕਿੱਥੇ ਸਾਈਨ ਕਰਨੇ? ਲਾਡਲੀ ਔਲਾਦ ਤੇ ਸੋਹਣੀ ਜਨਾਨੀ, ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੇ। ਮਾਰ ਜਾਇਓ ਬਚੋਲਾ ਜਿੰਨੇ ਮੈਨੂੰ ਤੇਰੇ ਨਾਲ ਫਸਾਇਆ। ਜੇ ਪਾਸਾ ਸਿੱਧਾ ਪੈ ਗਿਆ ਨਾ, ਆਪਣੇ ਤੋਂ ਹੱਥਾਂ ਨਾਲ ਨੋਟ ਨਹੀਂ ਗਿਣੇ ਜਾਣੇ। ਮੈਂ ਕਿਹਾ ਜੀ, ਇਹਦਾ ਮਤਲਬ ਤੁਸੀਂ ਮੰਨ ਗਏ? ਰਹਿ ਬਾਲੀ ਬੂਚ, ਮੰਨੇ ਬੰਬਲ ਬੂਸੇ ਮੇ ਨਾ ਪਾਵੇ। ਪੜੇ ਲਿਖੇ ਜੋ ਜੱਟ ਹੁੰਦੇ ਆ, 16 ਦੂਣੀ 8 ਹੁੰਦੇ ਆ, ਮੁੱਖ ਮੰਤਰੀ ਵਾਲੀ ਵੀ ਲਿਖ ਕਿਸੇ ਗੱਲੋਂ ਨਾ ਕੱਟ ਹੁੰਦੇ ਆ। ਦਿਲ ਨਜ਼ਾਰੇ ਲਈਏ ਆਪਾਂ ਪਿੰਡੂਆ। ਹਲੋ ਲੱਸੀ ਪੀਓ। ਮਾੜਾ ਸਾ ਇੱਕ ਵਾਰ ਮੇਰਾ ਰਸਤਾ ਖੁੱਲ ਜਾਣ ਦੇ, ਸ਼ਾਸ਼ ਤਾਂ ਤੰਨਾ ਮੈਂ ਪਿਆਉਂਗਾ ਛੋਰੇ। ਯਾਰ ਬਾਪੂ ਐਕਟਿੰਗ ਨਹੀਂ ਘੈਂਟ ਕਰ ਰਿਹਾ, ਪਰ ਬਾਪੂ ਹੈ ਕਿਹੜਾ? ਡਾਇਰੈਕਟਰ ਦੋ ਨੇ ਸਾਡੇ ਜੀ, ਨਗਿੰਦਰ ਜੀ ਔਰ ਸੁਰਿੰਦਰ ਰਿਆਲ ਸਾਹਿਬ। ਤੇ ਜ਼ਮੀਨਾਂ ਵੇਚ ਕੇ ਕੀ ਕਰਦੇ ਨੇ? ਬਸ ਤੁਸੀਂ ਦੇਖੋਗੇ, ਨਗਿੰਦਰ ਬਾਈ ਹੁਣੀ ਬਹੁਤ ਮਿਹਨਤ ਕਰ ਰਹੇ ਨੇ, ਬਾਕੀ ਕੈਮਰਾਮੈਨ ਸਾਡੇ, ਮਤਲਬ ਇਹ ਤੇ ਅਲਟੀਮੇਟ ਨੇ ਜੀ। ਮੈਂ ਵੀ ਸੋਚ ਰਹਾ ਹੂੰ, ਮੈਨੇ ਬਿਲਕੁਲ ਵੀ ਕਿਸੀ ਵੀ ਬਲੌਗਿੰਗ ਸੇ ਕੰਪਰੋਮਾਈਜ਼ ਨਹੀਂ ਕੀਆ।